ਸੋ ਸਤਿ ਪਿਆਰੇ ਮਿੱਤਰੋ ਅਲੀ ਜੰਤਰ ਮੰਤਰ ਤੰਤਰ ਵਿੱਚ ਤੁਹਾਡਾ ਸਰਬਦਾ ਸਭ ਦਾ ਸਵਾਗਤ ਹੈ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਹਨੂਮਾਨ ਜੀ ਦਾ ਸਿੱਧੀ ਮੰਤਰ ਯਾਨੀ ਉਹਨਾਂ ਨੂੰ ਪ੍ਰਕਟ ਕਰਨ ਵਾਲਾ ਮੰਤਰ ਯਾਨੀ ਕਿ ਤੁਸੀਂ ਹਨੂਮਾਨ ਜੀ ਦੇ ਦਰਸ਼ਨ ਕਰੋ ਔਰ ਉਹਨਾਂ ਤੋਂ ਵਰ ਮੰਗੋ ਪਰ ਮੰਤਰ ਜਪਨ ਤੋਂ ਪਹਿਲਾਂ ਮੰਤਰ ਪੜਨ ਤੋਂ ਪਹਿਲਾਂ ਮੈਂ ਤੁਹਾਨੂੰ ਰਿਕੁਐਸਟ ਕਰਦਾ ਹਾਂ ਕਿ ਕਈ ਬੰਦੇ ਮੇਰੇ YouTube ਚੈਨਲ ਦੀਆਂ ਵੀਡੀਓ ਚੱਕ-ਚੱਕ ਕੇ ਆਪਣੇ ਤਰੀਕੇ ਨਾਲ ਆਪਣੇ ਆਪਣੇ ਚੈਨਲਾਂ 'ਤੇ ਪਾ ਰਹੇ ਆ। ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਹਾਂ ਕਿ ਐਸਾ ਨਾ ਕਰੋ ਆਪਣੀਆਂ ਕਲਾਮਾਂ ਪਾਓ ਜਾਂ ਫਿਰ ਮੇਰੇ ਮੇਰੇ ਨਾਲ ਫੋਨ 'ਤੇ ਗੱਲ ਕਰੋ ਪਹਿਲਾਂ। ਠੀਕ ਹੈ ਤੇ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਕਮਾ ਤੇ ਤੁਸੀਂ ਪਾ ਸਕਦੇ ਹੋ। ਆਦਰਵਾਇਜ਼ ਮੈਂ ਲੀਗਲੀ ਐਕਸ਼ਨ ਲਵਾਂਗਾ ਜੋ YouTube ਦਾ ਬੰਦਾ ਹੈ। ਤਾ ਦੋਸਤੋ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਹਨੂਮਾਨ ਜੀ ਦਾ ਸਿੱਧੀ ਮੰਤਰ ਤੇ ਹਨੂਮਾਨ ਜੀ ਪ੍ਰਗਟ ਹੋਣਗੇ ਇਸ ਮੰਤਰ ਦੇ ਨਾਲ ਜੇ ਅਗਰ ਸ਼ਰਧਾ ਭਾਵਨਾ ਤੁਸੀਂ ਕਰੋਗੇ ਤੇ ਹਰ ਦੁੱਖ ਤੁਹਾਡਾ ਮਿਟ ਜਾਏਗਾ ਜੋ ਜੋ ਵੀ ਦੁਨੀਆ ਤੇ ਤੁਹਾਡਾ ਦੁੱਖ ਹੈ ਉਹ ਮਿਟ ਜਾਏਗਾ ਜੇ ਤੁਸੀਂ ਇਹ ਮੰਤਰ ਪੜ ਲਿਆ ਤਾਂ ਦੂਸਰੀ ਗੱਲ ਇਹ ਆ ਕਿ ਲਾਈਕ ਕਰ ਦਿਆ ਕਰੋ ਵੀਰੋ ਸ਼ੇਅਰ ਵੀ ਕਰੋ ਜਦੋਂ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੋ ਅੱਗੇ ਗਰੁੱਪਾਂ 'ਚ ਸ਼ੇਅਰ ਕਰੋ ਤਾ ਜੋ ਹਾਰਿਕ ਨੂੰ ਇਹ ਚੀਜ਼ ਮਿਲ ਸਕੇ ਅਸਲ ਨਿਮਤ ਕਿਉਂਕਿ ਮੇਰਾ ਜਿਹੜਾ ਖਜ਼ਾਨਾ ਹੋ ਜਾਂ ਆਪਣਾ ਗੁਰੂਆਂ ਤੋਂ ਸਿੱਖਿਆ ਹੋਇਆ ਖਜ਼ਾਨਾ ਕੋਈ ਧੁੱਕੇ ਨਹੀਂ ਮਾਰੇ ਹੋਏ YouTube ਦੇ ਉੱਤੇ ਇੱਕ ਨੀਆਂ ਕਲਾਮਾਂ ਮਿਲਦੀਆਂ ਵਾਂ ਜਿਹੜੀਆਂ ਬਣਾਈਆਂ ਹੋਈਆਂ ਕੁਝ ਆ ਸਿਆਣਿਆਂ ਦੀਆਂ ਗਲਤ ਕੀਤੀਆਂ ਹੋਈਆਂ ਕਲਾਮਾਂ ਕਲਾਮ ਕਾਦੀ ਹੁੰਦੀ ਹੈ ਵਿੱਚ ਆਪ ਦੀ பசੂੜੀ ਪਾਈ ਹੁੰਦੀ ਆ ਬਹੁਤ ਤੁਸੀਂ ਆਪ ਤੁਹਾਨੂੰ ਰੱਬ ਨੇ ਸਮਝ ਦਿੱਤੀ ਆ ਤੁਸੀਂ ਆਪ ਦੇਖ ਲਓ ਤੱਕ ਨਾ ਤੱਕ ਨਹੀਂ ਜੋੜਦੀ ਹੁੰਦੀ ਤੇ ਗੱਲ ਕੀ ਆ ਕਿ ਪੱਕੀ ਸੜਕ ਤੇ ਜਾਂਦੇ ਕੱਚੀ ਤੇ ਲਾ ਦਿੰਦੇ ਆ ਐਸੀ ਕਲਾਮ ਫਿਰ ਤੁਹਾਨੂੰ ਵੀ ਕੱਚੇ ਤੇ ਲਾਊਗੀ ਠੀਕ ਹੈ ਜੀ ਇਹ ਬਹੁਤ ਵਧੀਆ ਕਲਾਮਾਂ ਨੇ ਤੇ ਜਿਹੜੀ ਵੀ ਪੜਨਗੇ ਵੀਰ ਉਹ ਕਮੈਂਟ ਕਰਕੇ ਦੱਸਣ ਜਰੂਰ ਜਦੋਂ ਸਿੱਧ ਕਰ ਲੈਣ ਤੇ ਵੀ ਇਹ ਨੇ ਕੀ ਫਾਇਦਾ ਪਹੁੰਚਾਇਆ ਤੁਹਾਡੀ ਜ਼ਿੰਦਗੀ ਨਰਕੋਂ ਸਵਰਗ ਬਣ ਜਾਊਗੀ ਇਹ ਸ਼ਬਦ ਮੰਤਰਾਂ ਦੇ ਨਾਲ ਬਸ ਇਹ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸ਼ੇਅਰ ਕਰ ਦਿਆ ਕਰੋ ਔਰ ਚੰਗਾ ਲੱਗਦਾ ਤਾਂ ਲਾਈਕ ਕਰਿਆ ਕਰੋ ਔਰ ਨਹੀਂ ਕੋ ਸਮਝ ਆਉਂਦਾ ਤਾਂ ਕਮੈਂਟ ਕਰਿਆ ਕਰੋ ਸਿੱਧਾ ਮੈਨੂੰ ਫੋਨ ਕਾਲ ਨਾ ਕਰਿਆ ਕਰੋ ਕੋਈ ਵੀ ਮੈਨੂੰ WhatsApp ਦੇ ਉੱਤੇ ਮੈਸੇਜ ਦੇ ਦਿਆ ਕਰੋ ਜੇ ਵੀ ਕੋਈ ਗੱਲਬਾਤ ਪੁੱਛਣੀ ਹੋਵੇ ਠੀਕ ਹੈ ਜੇ ਕਮੈਂਟ ਸੈਕਸ਼ਨ 'ਚ ਤੁਸੀਂ ਨਹੀਂ ਪੁੱਛ ਸਕਦੇ ਤਾਂ WhatsApp ਤੇ ਪੁੱਛੋ ਪਰ ਮੈਂ ਚਾਹੂੰਗਾ ਕਿ ਕਮੈਂਟ ਸੈਕਸ਼ਨ ਦੇ ਵਿੱਚ ਹੀ ਤੁਸੀਂ ਮੈਨੂੰ ਦਿਓ ਤੇ ਮੇਰੇ ਹੋਰ ਵੀ ਚੈਨਲ ਹੈਗੇ ਆ ਇੱਕ ਸੱਟੇ ਦਾ ਚੈਨਲ ਹੈ ਇੱਕ ਜਿਹਦੇ ਚ ਮੈਂ 6 ਜੋੜੀਆਂ ਦਿੰਨਾ ਵਾਂ ਰੋਜ਼ ਫਰੀਦাবাদ ਗਾਜ਼ੀਆਬਾਦ ਗੜੀ ਦਿਸ਼ਾਵਰ ਚ ਤੇ ਇੱਕ ਆਯੁਰਵੇਦ ਦਾ ਵੀ ਚੈਨਲ ਹੈ ਜਿਹਦੇ ਚ ਮੈਂ ਦਵਾਈਆਂ ਦੱਸਦਾ ਜੇ ਕਿਸੇ ਵੀਰ ਭੈਣ ਨੂੰ ਉਹ ਚਾਹੀਦਾ ਹੋਇਆ ਤਾਂ ਮੈਂ ਉਹ ਉਹਨਾਂ ਦਾ ਲਿੰਕ ਉਹਨੂੰ ਸੈਂਡ ਕਰ ਦੂੰਗਾ ਠੀਕ ਹੈ ਮੇਰਾ ਨੰਬਰ ਨੋਟ ਕਰ ਲੋ 9855892786 9855892786 ਮੇਰਾ ਨਾਮ ਹੈ ਬਾਬਾ ਅਲੀ ਖਾਨ ਚਿਸ਼ਤੀ ਚੇਸ਼ਤੀ ਨਜਾਮੀ ਦਰਬਾਰ ਮੋਗਾ ਨਾਨਕਨਗਰੀ ਮੋਗਾ ਦੇ ਵਿੱਚ ਸਥਿਤ ਹੈ ਜਿਹੜਾ ਕੋਈ ਮਿਲਣਾ ਵੀ ਚਾਵੇ ਤਾਂ ਮੰਗਲ ਵੀਰਵਾਰ ਆ ਸਕਦਾ ਹੈ ਠੀਕ ਹੈ ਜੀ ਮੰਤਰ ਨੋਟ ਕਰੋ ਜਾਗੋ ਜਾਗੋ ਹਨੂਮਾਨ ਜੀ ਪਿਆਰੀ ਮਾਤਾ ਅੰਜਨੀ ਕੇ ਜਾਇ ਜੋ ਵੀ ਸਿਮਰੇ ਜਦ ਵੀ ਸਿਮਰੇ ਪਵਨ ਰੂਪ ਹੋਏ ਆਏ ਲੰਕਾ ਸਾ ਕੋਟ ਸਮੁੰਦਰ ਸੀਖਾਈ جہاں فری महावीर کی دوحائی रक्षा کرے شری رام लक्ष्मण بھائی لونگ सुपारी زائفل ارپن تینوں Puja لو دوحائی راجا رام کی سامنے پرگٹ ہو 48 دن دا پاٹھ کرنا جی اے دا منگل وار تو شروع کرنا تੂف تے جوت हनुमान जी ਦੇ ਨਾਮ ਦੀ ਜਗਾ ਕੇ ਰੱਖਣੀ ਆ ਲੌਂਗ ਜੈਫਲ ਸੁਪਾਰੀਆਂ ਆਪਣੇ ਪਾਸ ਰੱਖ ਕੇ ਪਾਠ ਕਰਨਾ ਅਰਗਬਤੀ ਲਗਾ ਕੇ ਪਾਠ ਕਰਨਾ ਕਿਸੇ ਇਸ਼ਨਾਨ ਕਰਕੇ ਕਰਨਾ ਵਾ ਰਾਤ ਨੂੰ 11 ਵਜੇ ਤੋਂ ਬਾਅਦ ਕਰਨਾ ਜਦੋਂ 40ਵੇਂ ਦਿਨ ਵੀਰ ਸਾਹਮਣੇ ਆਵੇਗਾ हनुमान वीर महावीर बजरंगबली ਉਸ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾਉਣੇ ਆ ਤੇ ਸੰਦੂਰ ਕਦਮਾਂ ਤੇ ਚੜਾ ਦੇਣਾ ਫਿਰ ਜੋ ਚਾਹੀ ਮਰਜੀ ਵਰਦਾਨ ਮੰਗ ਲੈਣਾ ਅਤੇ ਜੋ ਮਰਜੀ ਕਮ ਲੈਣਾ ਪੱਪਲੇ ਵਾਸਤੇ ਵਰਤੋ ਤੇ ਕਦੀ ਦੁੱਖ ਕਲੇਸ਼ ਤੁਹਾਡੇ ਨੇੜੇ ਨਹੀਂ ਆਊਗਾ ਜੈ ਹਿੰਦ ਦੋਸਤੋ ਅਸਲਾਮੁਅਲੈਕੁਮ ਵਅਰਹਮਤੁਲ্লাহਿ ਵਬਰਕਾਤੂ ਰਾਮ ਰਾਮ ਸਤ ਸ਼੍ਰੀ ਅਕਾਲ ਚੈਨਨ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ